ਆਨੰਦ ਗੁਣੀ ਵਿਧਾਨ ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ, ਗਰੀਬ ਨਿਵਾਜ। ਪਰਮ ਪੁਰਖ ਦਾਸਾ ਦੇਖਣ
ਪਰੇਸ਼ਾਨ
ਜੋ ਹਮਕੋ ਪਰਮੇਸ਼ਰ ਉੱਚ ਰਹਿ ਤੇ ਸਭ ਨਰਕ ਕੁੰਟ ਮੈਂ ਪਰ ਹੈ। ਇਸ ਪੰਕਤੀ ਤੇ ਵਿਦਵਾਨਾਂ ਦੀਆਂ ਵੱਖ ਵੱਖ ਵਿਚਾਰਾਂ ਨੇ। ਜੋ ਹਮਕੋ, ਕਈ ਵਿਦਵਾਨ ਕਹਿੰਦੇ ਨੇ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਨੂੰ ਪਰਮੇਸ਼ਰ ਜਿਹੜੇ ਕਹਿੰਦੇ ਨੇ
ਉਹ ਨਰਕ ਕੁੰਡ ਵਿੱਚ ਜਾਣਗੇ। ਜੋ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਟ ਮੈਂ ਪਰ ਹੈ। ਤੇ ਕਈਆਂ ਵਿਦਵਾਨਾਂ ਦੀ ਇਹ ਵਿਚਾਰ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਨੂੰ ਪਰਮੇਸ਼ਰ ਨਾ ਕਹੀਏ ਤੇ ਹੋਰ ਪਰਮੇਸ਼ਰ ਕਿਹਨੂੰ ਕਹੀਏ? ਆਖੋ ਸਤਨਾਮ, ਬਾਣੀ ਵਿੱਚ ਵੀ ਹੈ ਨਾ, ਪਾਰ ਬ੍ਰਹਮ ਗੁਰ ਨਾਹੀ ਭੇਦ। ਕਿੰਨੇ ਵਾਰੀ ਗੁਰਬਾਣੀ ਵਿੱਚ ਬੋਲ ਆਏ ਨੇ ਕਿ ਗੁਰੂ ਤੇ ਪਰਮੇਸ਼ਰ ਵਿੱਚ ਭੇਦ ਹੀ ਨਹੀਂ ਜਰਾ ਵੀ, ਗੁਰੂ ਪਰਮੇਸ਼ਰ ਦਾ ਹੀ ਰੂਪ ਹੈ ਤੇ ਗੁਰੂ ਪਰਮੇਸ਼ਰ ਹੈ ਤੇ ਪਰਮੇਸ਼ਰ ਹੀ ਗੁਰੂ ਹੈ। ਆਖੋ ਸਤਨਾਮ। ਗੁਰੂ ਸਾਹਿਬ ਇੱਥੇ ਕਹਿੰਦੇ ਨੇ ਜੋ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਟ ਮੈਂ ਪਰੈ। ਤੇ ਕਈ ਵਿਦਵਾਨਾਂ ਨੇ ਇੱਥੇ ਇਹਦੇ ਇਸ ਪੰਕਤੀ ਦੇ ਇਸ ਤਰ੍ਹਾਂ ਵੀ ਅਰਥ ਕੀਤੇ ਨੇ ਕਿ ਜਿਹੜੇ ਆਪਣੇ ਆਪ ਨੂੰ ਰੱਬ ਬਣੇ ਬੈਠੇ ਨੇ ਉਹ ਸਾਰੇ ਨਰਕਾਂ ਨੂੰ ਜਾਣਗੇ। ਆਖੋ ਸਤਨਾਮ। ਕਿਉਂਕਿ ਜਿਹੜਾ ਗੁਰੂ ਹੈ ਨਾ, ਗੁਰੂ ਨੇ ਕਿਤੇ ਵੀ ਆਪਣੇ ਆਪ ਨੂੰ ਨਹੀਂ ਕਿਹਾ ਕਿ ਮੈਂ ਪਰਮੇਸ਼ਰ ਹਾਂ ਜਾਂ ਮੇਰੇ ਕੋਲ ਤਾਕਤ ਹੈ। ਉਹਨੇ ਤਾਂ ਨਿਮਰਤਾ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ। ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਲਈ ਸਭ ਤੋਂ ਵੱਡਾ ਰੱਬ ਹੈ। ਚਾਹੇ ਉਹ ਕਹਿ ਰਹੇ ਨੇ ਕਿ ਮੈਂ ਜਗਤ ਤਮਾਸ਼ਾ ਦੇਖਣ ਆਇਆ ਹਾਂ, ਐਸੇ ਗੁਰੂ ਦੁਨੀਆਂ 'ਤੇ ਨਹੀਂ ਹੈ। ਦੁਨੀਆਂ ਦਾ ਇਤਿਹਾਸ ਪੜ੍ਹ ਲਓ, ਚਾਰ ਪੁੱਤਰ ਸ਼ਹੀਦ, ਸਾਰਾ ਪਰਿਵਾਰ ਵਾਰ ਕੇ ਵੀ ਇਹ ਕਹਿ ਦਿੱਤਾ ਕਿ ਚਾਰ ਮੂਏ ਤੋਂ ਕਿਆ ਹੋਊਗਾ, ਜੀਵਤ ਕਈ ਹਜ਼ਾਰ। ਮੇਰਾ ਖਾਲਸਾ ਜਾਂਦਾ ਹੈ ਤੇ ਐਸਾ ਸ਼ਬਦ ਕਿਸੇ ਗੁਰੂ ਦੇ ਨਾਲ ਤੁਹਾਨੂੰ ਨਹੀਂ ਮਿਲੇਗਾ ਜੋ ਸ਼ਹੀਦ ਪਿਤਾ ਦੇ ਪੁੱਤਰ ਔਰ ਸ਼ਹੀਦ ਪੁੱਤਰਾਂ ਦੇ ਪਿਤਾ, ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਉਹ ਸ਼ਹਿਨਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਮਨਾ ਰਹੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਿਹੜੇ ਕਿਹੜੇ ਗੁਣ ਬਿਆਨ ਕਰੀਏ? ਇਹ ਤਾਂ ਇੰਜ ਕਹਿ ਲਓ ਕਿ ਉਹਦੇ ਗੁਣ ਲੱਖਾਂ ਨੇ, ਅਰਬਾਂ ਖਰਬਾਂ ਨੇ ਤੇ ਜੀਵ ਸਾਡੀ ਇੱਕ ਹੈ। ਅੱਲਾ ਯਾਰ ਖਾਂ ਜੋਗੀ ਨੇ ਤਾਂ ਇੰਜ ਕਿਹਾ ਕਿ ਸਮੁੰਦਰ ਤੇ
ਇੱਕ ਬੁਲਬੁਲਾ ਹੁੰਦਾ ਨਾ, ਜਿਵੇਂ ਪਾਣੀ ਦਾ ਬੁਲਬੁਲਾ ਬਣ ਜਾਂਦਾ, ਤੇ ਉਹ ਸਮੁੰਦਰ ਦੀ ਵਿਆਖਿਆ ਕਰਨੀ ਚਾਹਵੇ, ਸਮੁੰਦਰ ਬਾਰੇ ਜਾਣਕਾਰੀ ਦੇਣੀ ਚਾਹਵੇ ਕਿ ਸਮੁੰਦਰ ਕਿੰਨਾ ਡੂੰਘਾ ਹੈ, ਕਿੰਨੀਆਂ ਲਹਿਰਾਂ ਨੇ, ਇੱਕ ਬੁਲਬੁਲਾ ਇਸ ਤਰ੍ਹਾਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੇ ਅਸੀਂ ਵਿਆਖਿਆ ਕਰੀਏ, ਉਹਦੀ ਵਿਚਾਰ ਕਰੀਏ, ਉਹਦੇ ਗੁਣਾਂ ਬਾਰੇ ਵਰਣਨ ਕਰੀਏ, ਤਾਂ ਆਪਣੇ ਆਪ ਨੂੰ ਇੱਕ ਪਾਣੀ ਦੇ ਛੋਟੇ ਜਿਹੇ ਬੁਲਬੁਲੇ ਹੀ ਹਾਂ, ਆਖੋ ਜਦ ਨਾ। ਅੱਲਾ ਯਾਰ ਖਾਂ ਜੋਗੀ ਨੇ ਬਹੁਤ ਕੁਛ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ, ਜ਼ਿੰਦਗੀ ਲਾਤੀ ਉਹਨਾਂ ਨੇ, ਕਿ ਉਹ ਰੱਬ ਸਮਝਦੇ ਸਨ। ਮੁਸਲਮਾਨ ਧਰਮ ਦੇ ਵਿੱਚ ਪੈਦਾ ਹੋਏ ਅਤੇ ਆਖਿਰਕਾਰ ਉਹਦੇ ਜਿੰਨੇ ਵੀ ਮੁਸਲਮਾਨ ਸਨ ਉਹਦੇ ਖਿਲਾਫ ਹੋ ਗਏ, ਜਿਹੜੇ ਧਾਰਮਿਕ ਕਹਾਉਂਦੇ ਸਨ। ਜਦੋਂ ਉਹ ਅਖੀਰਲੇ ਸਾਹਾਂ 'ਤੇ ਆਇਆ ਨਾ, ਅਖੀਰਲੇ ਸਾਹਾਂ 'ਤੇ, ਅਤੇ ਕਾਜ਼ੀ ਉਹਦੇ ਕੋਲ ਆਇਆ, ਕਹਿੰਦਾ ਤੈਨੂੰ ਤਾਂ ਕਿਤੇ ਜਗ੍ਹਾ ਨਹੀਂ ਮਿਲਣੀ, ਤੂੰ ਤਾਂ ਸਾਰੀ ਉਮਰ ਕਾਫਰਾਂ ਦੀ ਪੁਸਤਕ ਕਰਦਾ ਰਿਹਾ, ਅਤੇ ਜੇ ਤੂੰ ਕੁਝ ਲਿਖ ਜਾਂਦਾ ਆਪਣੇ ਧਰਮ ਬਾਰੇ, ਅਤੇ ਮੈਂ ਤੇਰਾ ਕੋਈ ਕਲਾਮ ਪੜ੍ਹਦਾ, ਤੈਨੂੰ ਕਿਤੇ ਢੋਈ ਮਿਲ ਜਾਂਦੀ, ਤੈਨੂੰ ਕਿਤੇ ਕੋਈ ਜਗ੍ਹਾ ਮਿਲ ਜਾਂਦੀ। ਅਤੇ ਅੱਲਾ ਯਾਰ ਖਾਂ ਜੋਗੀ ਕਹਿੰਦਾ ਕਿ ਮੈਨੂੰ ਨਹੀਂ ਕਿਸੇ ਦੀ ਲੋੜ, ਮੈਨੂੰ ਮੇਰਾ ਗੁਰੂ ਗੋਬਿੰਦ ਸਿੰਘ ਆਵਾਜ਼ਾਂ ਮਾਰ ਰਿਹਾ, ਅਤੇ ਉਹ ਆਪਣੇ ਚਰਨਾਂ ਵਿੱਚ ਮੈਨੂੰ ਜ਼ਰੂਰ ਥਾਂ ਦੇਵੇਗਾ। ਆਖੋ ਸਤਨਾਮ। ਸੋ ਅੱਜ ਉਸ ਮਹਾਨ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮੂਹ ਸੰਗਤਾਂ ਵੱਲੋਂ ਅਖੰਡ ਪਾਠ ਪ੍ਰਾਰੰਭ ਹੋਏ, ਭੋਗ ਪਾਏ ਗਏ, ਹੋਇਆ ਸੀ ਕਿ ਆਪ ਜੀ ਨੇ ਹਾਜ਼ਰੀ ਭਰਨੀ ਹੈ, ਆਪਣੇ ਕੋਲ ਜਥਾ ਪਹੁੰਚਿਆ ਹੋਇਆ। ਭਾਈ ਸਾਹਿਬ ਭਾਈ ਤਜਿੰਦਰ ਸਿੰਘ ਹੋਈ ਉਹ ਹਾਜ਼ਰੀ ਭਰਨਗੇ। ਆਓ ਇੱਕ ਸ਼ਬਦ ਦੀ ਹਾਜ਼ਰੀ 5 ਕੁ ਮਿੰਟ ਤੁਹਾਡੇ ਹੋਰ ਲੈਣੇ ਨੇ, ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਗੁਰੂ ਕਿਰਪਾ ਕਰੇ, ਗੁਰੂ ਰਹਿਮਤ ਕਰੇ, ਤੋ ਭਾਈ ਸਾਹਿਬ ਹੋਰਾਂ ਤੋਂ ਆਪਾਂ 1 ਘੰਟਾ ਇਹ ਕੀਰਤਨ ਸ਼੍ਰਵਣ ਕਰਨਾ ਹੈ। ਪਿਆਰ ਸਤਿਕਾਰ ਦੇ ਨਾਲ ਹਾਜ਼ਰੀਆਂ ਲਵਾਉਣੀਆਂ ਨੇ, ਆਓ। ਹਮ ਚਾਕਰ ਗੋਬਿੰਦ ਕੇ, ਹਮ ਚਾਕਰ ਗੋਬਿੰਦ ਕੇ, ਠਾਕੁਰ ਮੇਰਾ ਪਾਰਾ, ਠਾਕੁਰ ਮੇਰਾ ਸਤਿਗੁਰੂ ਹਮਾਰਾ, ਸੋ ਸਤਿਗੁਰੂ
ਵਾ
ਜੋ ਨਾਨਕ ਮਿਲੈ ਏਕ ਨਾਮ ਵਜੋ ਨਾਨਕ ਮਿਲੈ ਏਕ ਨਾਮ ਰਿਤ ਜਪ ਜਪ ਜੀਵੈ ਰਿਤ ਜਪ ਜਪ ਜੀਵੈ ਹਮ ਚਕਰ ਗੋਬਿੰਦ ਕੇ ਹਮ ਚਕਰ ਗੋਬਿੰਦ ਕੇ ਠਾਕੁਰ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।